کیوں ناراض ہوتے ہو، انشاءاللہ اہلی اہلی بھی کریں گے۔ بہت خوب، سبحان اللہ۔ اعوذ باللہ من الشیطان الرجیم، بسم اللہ الرحمن الرحیم۔ سب دوست بزرگوں السلام علیکم۔ ماشاءاللہ میں بڑا مشکور ممنون ہوں میرے استاد محترم جناب محمد حسین صابری صاحب اور بھائی محمد اکرم شاکر صاحب، جنہوں نے بندہ نچیز گنہگار نو اس پاک با ادب محفل وچ آون دا موقع دتا۔ دعا گو ہاں کہ اللہ پاک میرا پڑھنا، تواڈا سننا اور بھائی اکرم شاکر دی اس محفل نوں سجاونا اللہ پاک اپنی بارگاہ وچ منظور فرمائے۔ سب کہہ دو آمین۔ کوئی زبان خاموش رہے، چند منٹ دی حاضری ہے۔ میرے حضور مدنی منٹھار آقا انعامدار آمد مجتبی محمد مصطفیٰ صلی اللہ علیہ وآلہ وسلم دی با برکت ذات با آواز بلند رش پڑھیے۔ صلی اللہ علیہ یا یا رسول اللہ، وسلم علیک یا یا حبیب اللہ۔ کوئی زبان خاموش نہ رہے، گج وج کے پڑھ لو۔ صلی اللہ علیک یا یا رسول اللہ، وسلم علیک یا یا حبیب اللہ۔ کہ او دی یاد سی اج منا رہے ہاں، جے دل کائنات سجائی گئی ہے۔ کہ او دی یاد سی اج منا رہے ہاں، جے دل کائنات سجائی گئی ہے۔ کہ رستہ ویکھ دے رہے جے دن بھی سارے، او ذات تشریف لے آئی ہوئی ہے۔ کہ رستہ ویکھ دے رہے جدا نبی سارے، او ذات تشریف لے آئی ہوئی ہے۔ تے سدیا جنہاں نوں آقا نے لائی ہوئی ہے، نصر شایو محفل کری جاندے، ڈیوٹی جنہ دیا کن لائی ہوئی، ڈیوٹی جنہ دیا کن لائی ہوئی۔ کہ بوے بوے تو منگنا بری گل، کہ بوے بوے تو منگنا بری گل، بری چیز نی کوئی سوال ورگی، ہستی ویکھنی نی ہور کریم ایسے، بی بی آمنا پاک دلال ورگی۔ کہ ہستی ویکھنی نی ہور کریم ایسے، بی بی آمنا پاک دلال ورگی۔ تے دھیاں پتراں والیو اے تاں دسو، ہے کوئی آل حضور دی آل ورگی؟ ناصر شاہ کئی صدیاں بیت گیاں، سنی نہیں آزان بلال ورگی؟ ناصر شاہ کے صدیاں بیت گیاں،
ਸੁਣੀ ਨਹੀਂ ਆਜ਼ਾਨ ਬਿਲਾਲ ਵਰਗੀ ਕੇ ਔਗਨਹਾਰ ਨਿਕੰਮਾ ਬੇਸਮਝ ਸਮੈਂ ਕਿ ਔਗਨਹਾਰ ਨਿਕੰਮਾ ਬੇਸਮਝ ਸਮੈਂ ਬਖਤਾਂ ਅਕਲ ਨੂੰ ਜੰਦ ਰਸੀ ਮਾਰ ਛੱਡਿਆ ਮੈਂ ਕੋਝੀ ਸਾਂ ਕਿਸੇ ਵੀ ਕਬੂਲਿਆ ਨਾ ਜਦੋਂ ਮੈਨੂੰ ਮੇਰੇ ਹਰ ਇੱਕ ਯਾਰ ਛੱਡਿਆ ਕਿ ਮੈਂ ਕੋਝੀ ਸਾਂ ਕਿਸੇ ਵੀ ਕਬੂਲਿਆ ਨਾ ਜਦੋਂ ਮੈਨੂੰ ਮੇਰੇ ਹਰ ਇੱਕ ਯਾਰ ਛੱਡਿਆ ਤੇ ਬੂਆ ਸਹੀ ਦਾ ਮਲ ਕੇ ਬਹਿ ਗਿਆ ਮੈਂ ਜਦੋਂ ਮੈਨੂੰ ਮੇਰੇ ਦਿਲਦਾਰ ਛੱਡਿਆ ਸਦਕੇ ਜਾਵਾਂ ਹਜ਼ੂਰ ਦੀਆਂ ਤੋਂ ਮੈਂ ਇੱਕੋ ਨਜ਼ਰ ਮਾਰੀ ਫੜ ਕੇ ਤਾਰ ਛੱਡਿਆ ਤਕਬੀਰ ਮਾਸ਼ਾਅੱਲਾ ਨਾਰਾ ਰਿਸਾਲ ਨਾਰਾ ਰਿਸਾਲ ਸਦਕੇ ਜਾਵਾਂ ਹਜ਼ੂਰ ਦੀ ਆਲ ਤੋਂ ਮੈਂ ਇੱਕੋ ਨਜ਼ਰ ਮਾਰੇ ਫੜ ਕੇ ਤਾਰ ਛੱਡਿਆ ਕੇ ਲਾਜਾਂ ਵਾਲਿਆ ਰੱਖੀ ਲਾਜ ਮੇਰੀ ਕੇ ਲਾਜਾਂ ਵਾਲਿਆ ਰੱਖੀ ਲਾਜ ਮੇਰੇ ਬੀਬੀ ਪਾਕ ਦੀ ਲੋਰੀ ਦਾ ਵਾਸ ਤਏ ਤੇ ਜਿਹੜੀ ਯਾਰੇ ਗਾਰ ਨੇ ਪਾਈ ਸੇ ਓਏ ਉਸ ਟਾਟ ਦੀ ਪੋਰੀ ਦਾ ਵਾਸ ਤਾਈ ਤੇ ਜਿਹੜੀ ਯਾਰੇ ਗਾਰ ਨੇ ਪਾਈ ਸੇ ਓਏ ਉਸ ਟਾਟ ਦੀ ਪੋਰੀ ਦਾ ਵਾਸ ਤਾਈ ਤੇ ਜਿਹੜੇ ਝੂਲੇ ਵਿੱਚ ਐਲੀਅਸ ਕਰ ਖੇਡੇ ਓਏ ਉਸ ਝੂਲੇ ਦੀ ਡੋਰੀ ਦਾ ਵਾਸ ਤਾਈ ਕਰੀ ਕਰਮ ਗਰੀਬ ਤੇ ਮਿਹਰਬਾਨਾ ਤੈਨੂੰ ਅਲੀ ਦੀ ਜੋੜੀ ਦਾ ਵਾਸਤਾ ਹੈਦਰੀ ਹੈਦਰੀ ਕਰਮ ਗਰੀਬ ਤੇ ਮਿਹਰਬਾਨਾ ਤੈਨੂੰ ਅਲੀ ਦੀ ਜੋੜੀ ਦਾ ਵਾਸਤਾ ਔਰ ਕਿਧਰ ਦੀ ਰੁਬਾਈ ਸਮਾਧ ਫਰਮਾਓ ਸਾਰੇ ਕਿੱਦਾਂ ਬੈਠੇ ਹੋਏ ਮਾਨਤਾ ਦੋ ਸਿੱਖਿਆ ਦਿਓ ਸੁਬਹਾਨ ਅੱਲਾ ਕਿ ਜਿਹੜਾ ਮੇਰੇ ਹਜ਼ੂਰ ਦੀ ਮਹਿਫਲ ਵਿੱਚ ਨਹੀਂ ਆਉਂਦਾ ਉਹਦੀ ਸਮਝੋ ਕਿਸਮਤ ਸੜੇ ਹੋਈ ਕਿ ਜਿਹੜਾ ਮਹਿਫਲ ਨਾਤ ਵਿੱਚ ਨਹੀਂ ਆਉਂਦਾ ਓਏ ਉਹਦੀ ਸਮਝੋ ਕਿਸਮਤ ਸੜੇ ਹੋਈ ਏ ਤੇ ਜਿਹੜਾ ਸੁਣ ਕੇ ਨਾਤ ਨਾ ਖੁਸ਼ ਹੋਵੇ ਓਏ ਉਹਦੇ ਦਿਲ ਉੱਤੇ ਕੋਈ ਸ਼ੈ ਲੜੇ ਹੋਈ ਏ ਤੇ ਜਿਹੜਾ ਸੁਣ ਕੇ ਨਾਤ ਨਾ ਖੁਸ਼ ਹੋਵੇ ਓਏ ਉਹਦੇ ਦਿਲ ਉੱਤੇ ਕੋਈ ਸ਼ੈ ਲੜੇ ਹੋਈ ਏ ਤੇ ਜਿਹੜਾ ਉੱਚਾ ਹਜ਼ੂਰ ਦਾ ਨਾ ਕਰਦਾ ਓਏ ਉਹਦੀ ਕੁੱਟੀ ਅਸਮਾਨ ਤੇ ਚੜੀ ਹੋਈ ਏ ਉਹਨੂੰ ਕਦੇ ਵੀ ਥੋੜ ਨਹੀਂ ਆ ਸਕਦੀ ਉਹ ਜਿਹਦੀ ਬਾਂਹ ਸਰਕਾਰ ਨੇ ਫੜੀ ਹੋਈ ਏ ਉਹਨੂੰ ਕਦੇ ਵੀ ਥੋੜ ਨਹੀਂ ਆ ਸਕਦੀ ਉਹ ਜਿਹਦੀ ਬਾਂਹ ਲਜਪਾਲ ਨੇ ਫੜੇ ਹੋਈਏ ਰੇ ਰਾਤ ਕੋਈ ਨੀ ਸ਼ੱਬੇ ਮਹਿਰਾਜ ਵਰਗੀ ਰਾਜ ਕੋਈ ਨੀ ਤੇ ਰਾਤ ਕੋਈ ਨੀ ਸ਼ੱਬੇ ਮਹਿਰਾਜ ਵਰਗੀ ਮੰਜ਼ਰ ਕੋਈ ਨੀ ਕਾਬਾ ਕੌਸੈਨ ਵਰਗਾ ਤੇ ਨੁਕਤਾ ਚੀਨੀਆਂ ਨੁਕ ਤੈਨੂੰ ਜਨਮ ਦਿੰਦੀਆਂ ਉਂਝ ਤੇ ਐਨ ਵੀ ਲੱਗਦੈ ਗੈਨ ਵਰਗਾ ਕਿ ਨੁਕਤਾ ਚੀਨੀਆਂ ਨੁਕ ਤੈਨੂੰ ਜਨਮ ਦਿੰਦੀਆਂ ਉਂਝ ਤੇ ਐਨ ਵੀ ਲੱਗਦੈ ਗੈਨ ਵਰਗਾ ਤੇ ਕੋਈ ਮਾਂ ਨਬੀ ਦੀ ਮਾਂ ਵਰਗੀ ਇਹ ਪੁੱਤਰ ਕੋਈ ਨਹੀਂ ਸ਼ਾਹੇ ਸਕਲੈਨ ਵਰਗਾ ਉਸ ਮਾਂ ਦਾ ਜਿਗਰਾ ਵੇਖ ਲਾ ਸਿਰ ਉਹ ਜਿਹਨੇ ਮਾਰਿਆ ਪੁੱਤਰ ਹੁਸੈਨ ਵਰਗਾ ਉਸ ਮਾਂ ਦਾ ਜਿਗਰਾ ਵੇਖ ਨਾ ਸਿਰ ਜਿਹਨੇ ਮਾਰਿਆ ਪੁੱਤਰ ਹੁਸੈਨ ਵਰਗਾ ਆਵਾਜ਼ ਬੁੱਧ ਸ਼ੁਰੂ ਚੰਦ ਸ਼ੇਰ ਭਾਈ ਅਕਰਮ ਦੇ ਹੁਕਮ ਦੇ ਮੁਤਾਬਿਕ ਪੰਜਾਬੀ ਨਾਦ ਦੇ
ਕੀ ਪੁੱਛਣਾ ਏ ਸ਼ਾਨ ਓ ਪਿਆਰੇ ਜ਼ੁਲਫਾਂ ਦੇ ਰੱਬ ਕਰਦਾ ਏ ਆਪ ਨਜ਼ਾਰੇ ਜ਼ੁਲਫਾਂ ਦੇ ਰੱਬ ਕਰਦਾ ਏ ਆਪ ਨਜ਼ਾਰੇ ਜ਼ੁਲਫਾਂ ਦੇ ਕੀ ਪੁੱਛਣਾ ਏ ਸ਼ਾਨ ਓ ਪਿਆਰੇ ਜ਼ੁਲਫਾਂ ਦੇ ਰੱਬ ਕਰਦਾ ਏ ਆਪ ਨਜ਼ਾਰੇ ਜ਼ੁਲਫਾਂ ਦੇ ਰੱਬ ਕਰਦਾ ਏ ਆਪ ਨਜ਼ਾਰੇ ਜ਼ੁਲਫਾਂ ਦੇ ਰੋਮੀ ਜਾਮੀ ਸਾਥੀ ਬਣ ਕੇ ਵੇਖ ਲਵੋ ਰੋਮੀ ਜਾਮੀ ਸਾਥੀ ਬਣ ਕੇ ਵੇਖ ਲਵੋ ਅੱਲਾ ਦੀ ਸੌਂ ਕਹਿਤੀ ਸਾਰੇ ਜ਼ੁਲਫਾਂ ਦੇ ਅੱਲਾ ਦੀ ਸੌਂ ਕਹਿਤੀ ਸਾਰੇ ਜ਼ੁਲਫਾਂ ਦੇ ਰੱਬ ਕਰਦਾ ਏ ਆਪ ਨਜ਼ਾਰੇ ਜ਼ੁਲਫਾਂ ਦੇ ਰੱਬ ਕਰਦਾ ਏ ਆਪ ਨਜ਼ਾਰੇ ਜ਼ੁਲਫਾਂ ਦੇ ਔਰ ਤਿੰਨ ਚੜ੍ਹਦਾ ਏ ਆਸਰਾ ਲੈ ਕੇ ਚਿਹਰੇ ਦਾ ਦਿਨ ਚੜ੍ਹਦਾ ਏ ਆਸਰਾ ਲੈ ਕੇ ਚਿਹਰੇ ਦਾ ਰਾਤਾਂ ਨੂੰ ਨੇ ਯਾਰ ਸਹਾਰੇ ਜ਼ੁਲਫਾਂ ਦੇ ਰਾਤਾਂ ਨੂੰ ਨੇ ਯਾਰ ਸਹਾਰੇ ਜ਼ੁਲਫਾਂ ਦੇ ਰੱਬ ਕਰਦਾ ਏ ਆਪ ਨਜ਼ਾਰੇ ਜ਼ੁਲਫਾਂ